वाहे गुरु वाहे गुरु वाहे
वाहे गुरु, वाहे गुरु, वाहे गुरु जी। वाहे गुरु जी, मेरे वाहे गुरु, वाहे गुरु, वाहे गुरु, वाहे गुरु, वाहे गुरु, वाहे वाहे गुरु, वाहे गुरु, वाहे गुरु, वाहे गुरु को सावास गा जिन घर सो जी पा। जिस गुर को सद बलिहार में नगर सेवा बणत बनाई, सो सतगुर प्यारा मेरे नाल है जित कित मैनू ले छड़ाई। जिस गुर को साबास है जिन घर सोजी पई, नानक गुरु विटो वारिया जिन हर नाम दिया मेरे मन की आस पुराई। तिस गुर को सावास है जिन हर सो जी पाई, ऐसा गुर वड भागी पाया, ऐसा भागी पाया, ऐसा गुरवड भागी पाया, ऐसा गुरवड भागी पाया। फूले मार्ग जिन है बताया, संगत धन गुरु ग्रंथ साहिब दे प्यार विच भिज के आखो सतनाम श्री वाहिगुरु जी। भूले मार्ग जिने बताया, ऐसा गुरवड भागी पाया। दो सिखां दे नां आए ने, भाई गोपाल जी ते भाई बदली सोढ़ी जी। गुरु हरगोबिंद साहब महाराज का समा श्री गुर प्रताप सूरज ग्रंथ दियां लाइना ने, अखर ने, बदली सोढ़ी सेठ गोपाल श्री गुरु हरगोबिंद दे नाल। आखो सतनाम गुरु हरगोबिंद साहब दे कोल रहण वाले। क
ਕਹਿਣ ਲੱਗੇ ਸੱਚੇ ਪਾਤਸ਼ਾਹ ਅੱਜ 5 ਮਿੰਟ ਸਮਾਂ ਸਾਨੂੰ ਵੀ ਦੇ ਦਿਓ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਆਪ ਜੀ ਦੇ ਸਮੇਂ ਕੀਮਤੀ ਨੇ, 5 ਮਿੰਟ ਸਾਨੂੰ ਵੀ ਦੇ ਦਿਓ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਦੱਸੋ ਭਾਈ ਇਹ ਦੋਵੇਂ ਸਿੱਖ ਕਹਿੰਦੇ ਹੈ ਮਹਾਰਾਜ ਤਕਰੀਬਨ ਸਾਡਾ 7 ਘੰਟੇ ਦਾ ਨਿਤਨੇਮ ਹੈ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਜੇ ਮਹਾਂਪੁਰਸ਼ਾਂ ਨੇ ਉਪਰਾਲਾ ਕੀਤਾ ਨਾ ਇਹ ਗੁਰੂ ਦੀ ਕਿਰਪਾ ਹੀ ਵਰਤ ਰਹੀ ਹੈ, ਐਡੇ ਵੱਡੇ ਉਪਰਾਲੇ ਸੌਖੇ ਨਹੀਂ। ਐਡੇ ਤਕੜੇ ਟੈਂਟ, ਐਡੇ ਤਕੜੇ ਪੰਡਾਲ, ਇੰਨੀ ਐਡ, ਇੰਨੀ ਦੂਰੋਂ ਦੂਰੋਂ ਸੰਗਤਾਂ ਆਉਣੀਆਂ, ਇਸ ਭਾਵਨਾ ਨਾਲ ਆਉਣਾ ਕਿ ਬਦਨੀ ਕਲਾਂ ਵਾਲੇ ਮਹਾਂਪੁਰਸ਼ਾਂ ਨੇ ਜੇ ਉਪਰਾਲਾ ਕੀਤਾ ਹੈ ਕਿਰਪਾ ਗੁਰੂ ਦੀ, ਕਿਰਪਾ ਸੰਗਤਾਂ ਦੀ, ਅਤੇ ਇਸ ਉਪਰਾਲੇ 'ਚੋਂ ਕੋਈ ਨਾ ਕੋਈ ਸੌਦਾ ਖਰੀਦ ਕੇ ਜਾਣਾ। ਆਖੋ ਸਤਨਾਮ। ਵਣਜ ਕਰਕੇ ਜਾਣਾ, ਕੋਈ ਵਪਾਰ ਕਰਕੇ ਜਾਣਾ, ਦਰਗਾਹੀ ਇਹ ਮਹਾਂਪੁਰਸ਼ਾਂ ਦੇ ਬਚਨ ਹੈ। ਜਿੰਨਾ ਚਿਰ ਬੈਠੋਗੇ ਸਮਾਂ ਸਫਲ ਹੈ। ਕੰਨਾਂ ਨਾਲ ਕੀਰਤਨ ਸੁਣੋ, ਕਥਾ ਸੁਣੋ, ਆਪ ਸਿਮਰਨ 'ਚ ਰਹੋ, ਤੁਹਾਡਾ ਵਾਹਿਗੁਰੂ ਸ਼ਬਦ ਨਾ ਰੁਕੇ, ਕਮਾਈ ਕਰੋ, ਦਿਲ ਕਰੇ ਕੀਰਤਨ ਨਾਲ ਬੋਲੋ। ਇਹ ਮਹਾਂਪੁਰਸ਼ਾਂ ਦੇ ਬਚਨ ਨੇ, ਜਿੰਨਾ ਚਿਰ ਬੈਠੋਗੇ ਸਮਾਂ ਸਫਲ ਹੈ। ਅਤੇ ਜੇ ਕੋਈ ਗੱਲ ਸੁਣ ਕੇ ਪੱਲੇ ਬੰਨ ਲਈ, ਖਰੀਦ ਕੇ ਲੈ ਗਏ, ਫਿਰ ਸਮਾਂ ਸਫਲ ਨਹੀਂ, ਜੀਵਨ ਸਫਲ ਹੈ। ਆਖੋ ਸਤਨਾਮ। ਫਿਰ ਜੀਵਨ ਸਫਲ ਹੋ ਜਾਂਦਾ, ਕਿਉਂਕਿ ਇਹ ਗੱਲ ਜਦੋਂ ਮੈਂ ਪਹਿਲੀ ਵਾਰੀ ਪੜ੍ਹੀ ਮੇਰੇ ਵੀ ਕੰਨਾਂ ਨੂੰ ਹੱਥ ਲੱਗ ਗਏ। ਜਿਹੜਾ ਜਵਾਬ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਭਾਈ ਬਦਲੀ ਸੋਢੀ ਸੇਠ ਗੋਪਾਲ ਕੋਲ ਰਹਿਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ 5 ਮਿੰਟ ਸਾਨੂੰ ਵੀ ਦੇ ਦਿਓ। ਮਹਾਰਾਜ ਨੇ ਦੇ ਦਿੱਤੇ, ਦੱਸੋ ਭਾਈ। ਦੋਵਾਂ ਨੇ ਬੇਨਤੀ ਕੀਤੀ, ਕਹਿੰਦੇ ਜੀ ਸਾਡਾ 7 ਕੁ ਘੰਟੇ ਦਾ ਨਿਤਨੇਮ ਹੈ। ਆਖੋ ਸਤਨਾਮ। ਆਪਣੇ 'ਚੋਂ ਕਿਸੇ ਕਿਸੇ ਦਾ ਹੀ ਹੋਣਾ 7 ਘੰਟੇ। ਕਹਿੰਦੇ ਜੀ ਸਾਡਾ 7 ਘੰਟੇ ਦਾ ਨਿਤਨੇਮ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਮਨ ਨੂੰ ਸ਼ਾਂਤੀ ਨਹੀਂ ਹੈ। ਆਖੋ ਸਤਨਾਮ। ਮਨ ਬੇਚੈਨ ਰਹਿੰਦਾ, ਅੰਦਰ ਅੱਗ ਲੱਗੀ ਰਹਿੰਦੀ ਹੈ, ਮਨ ਬੇਚੈਨ, ਸ਼ਾਂਤੀ ਨਹੀਂ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਵਾਬ ਦਿੱਤਾ ਸੁਣਿਓ, ਕਿਉਂਕਿ ਇਹਨਾਂ ਦੋਵਾਂ ਸਿੱਖਾਂ ਦਾ ਨਿਤਨੇਮ ਬੜਾ ਡਟਵਾਂ ਸੀ, ਪਰ ਕਮੀ ਕੀ ਸੀ? ਕਦੀ ਬਾਬਾ ਬੁੱਢਾ ਸਾਹਿਬ ਜੀ ਨਾਲ ਬਹਿਸਦੇ ਸੀ, ਕਦੀ ਭਾਈ ਗੁਰਦਾਸ ਜੀ ਨਾਲ। ਕਹਿ ਦਿਓ ਗੱਜ ਕੇ ਸਤਨਾਮ। ਕਦੀ ਕਿਸੇ ਸਿੱਖ ਨਾਲ ਬਹਿਸਣਾ, ਕਦੀ ਕਿਸੇ ਨਾਲ ਬਹਿਸਣਾ, ਕਦੀ ਕਿਸੇ ਨਾਲ ਉੱਚਾ ਬੋਲਣਾ, ਹਾਏ ਹਾਏ, ਆਹ ਕਮੀ ਸੀ। ਸਿਆਣੇ ਜ਼ਿਆਦਾ ਬਣਦੇ ਸੀ, ਐਡੇ ਐਡੇ ਵੱਡੇ ਗੁਰਸਿੱਖਾਂ ਨਾਲ ਵੀ ਬਹਿਸਾਂ ਕਰਦੇ ਸੀ, ਬਹਿਸਾਂ ਕਬੂਲ ਵੀ ਬੋਲ ਜਾਣੇ। ਹੁਣ ਮਹਾਰਾਜ ਤਾਂ ਜਾਣੀ ਜਾਣ ਸੀ, ਅੱਜ ਫਿਰ ਦੱਸਣਾ ਸੀ ਉਹ ਸਾਡਾ ਭੈਰਾ, ਸਾਡਾ ਭਲਾ ਕਰਨਾ। ਕਹਿੰਦੇ ਜੀ ਸਾਡਾ 7 ਘੰਟੇ ਨਿਤਨੇਮ, ਸ਼ਾਂਤੀ ਨਹੀਂ, ਮਨ ਬੇਚੈਨ ਹੈ। ਇਹ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਪੜ੍ਹ ਕੇ ਹੈਰਾਨ ਹੋਇਆ, ਜੇ ਜਿਹੜਾ ਜਵਾਬ ਦਿੱਤਾ ਸੁਣਿਓ,
ਤੁਹਾਨੂੰ ਵੀ ਅਜੀਬ ਹੀ ਲੱਗੇਗਾ। ਮਹਾਰਾਜ ਨੇ ਕੀ ਜਵਾਬ ਦਿੱਤਾ? ਮਹਾਰਾਜ ਕਹਿੰਦੇ ਤੀਰ ਚਲਾਉਣ ਦਾ ਮੁਕਾਬਲਾ ਹੋ ਰਿਹਾ, ਜਿੱਤ ਕੇ ਵਿਖਾਓ। ਆਖੋ ਸਤਿਨਾਮ ਵਾਹਿਗੁਰੂ। ਕਿਸੇ ਸ਼ਸਤਰ ਦਾ ਮੁਕਾਬਲਾ ਹੋ ਰਿਹਾ, ਜਿੱਤ ਕੇ ਵਿਖਾਓ। ਕੋਈ ਜੰਗ ਲੜੀ ਜਾ ਰਹੀ, ਜਿੱਤ ਕੇ ਵਿਖਾਓ। ਮਹਾਰਾਜ ਦਾ ਜਵਾਬ ਸੁਣਿਓ। ਮਹਾਰਾਜ ਕਹਿੰਦੇ ਕੋਈ ਕੁਸ਼ਤੀ ਦਾ ਘੋਲ ਹੋ ਰਿਹਾ, ਜਿੱਤ ਕੇ ਵਿਖਾਓ। ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜੇ ਤੁਹਾਡੇ ਸਾਹਮਣੇ ਕੋਈ ਗੁਰਸਿੱਖ ਆ ਜੇ ਤੇ ਜਿੱਤ ਕੇ ਨਾ ਵਿਖਾਓ, ਹਾਰ ਕੇ ਵਿਖਾਓ। ਆਖੋ ਸਤਿਨਾਮ ਵਾਹਿਗੁਰੂ। ਕੈਸੀ ਕਿੱਡੀ ਵੱਡੀ ਸੋਚ ਮਹਾਰਾਜ ਦੀ। ਕਹਿੰਦੇ ਜੇ ਸਾਹਮਣੇ ਕੋਈ ਗੁਰਸਿੱਖ ਆ ਗਿਆ ਤੇ ਹਾਰ ਕੇ ਵਿਖਾਓ, ਹਾਰ ਕੇ। ਇਹ ਤੁਹਾਡੇ ਚੋਂ ਕਿਸੇ ਨੂੰ ਮਨ 'ਚ ਨਾ ਆ ਜੇ। ਸਤਿਗੁਰਾਂ ਦੇ ਬਚਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਗੁਰਸਿੱਖ ਤੇ ਹਾਰਨ ਸਦਾ, ਗੁਰਸਿੱਖ ਤੇ ਹਾਰਨ ਸਦਾ, ਗੁਰਸਿੱਖ ਤੇ ਹਾਰਨ ਸਦਾ, ਗੁਰਸਿੱਖ ਤੇ ਹਾਰਨ ਸਦਾ। ਤਿੰਨ ਤੇ ਜੀਤ ਨਾ ਚਾਹੂੰ ਕਦਾ, ਤਿੰਨ ਤੇ ਜੀਤ ਨਾ ਚਾਹੂੰ ਕਦਾ, ਤਿੰਨ ਤੇ ਜੀਤ ਨਾ ਚਾਹੂੰ ਕਦਾ, ਤਿੰਨ ਤੇ ਜੀਤ ਨਾ ਚਾਹੂੰ ਕਦਾ। ਗੁਰਸਿੱਖ ਤੇ ਹਾਰਨ ਸਦਾ, ਗੁਰਸਿੱਖ ਤੇ ਹਾਰਨ ਸਦਾ, ਗੁਰਸਿੱਖ ਤੇ ਹਾਰਨ ਸਦਾ, ਗੁਰਸਿੱਖ ਤੇ ਹਾਰਨ ਸਦਾ। ਅਗਲੇ ਬਚਨ ਮਹਾਰਾਜ ਨੇ ਕੀਤੇ ਦੋਵਾਂ ਨੂੰ, ਸਤ ਸੰਗਤ ਮੈਂ ਨੀਵੇਂ ਚਲੋ, ਸਤ ਸੰਗਤ ਮੈਂ ਨੀਵੇਂ ਚਲੋ, ਸਤ ਸੰਗਤ ਮੈਂ ਨੀਵੇਂ ਚਲੋ, ਸਤ ਸੰਗਤ ਮੈਂ ਨੀਵੇਂ ਚਲੋ। ਮਦਰ ਗਿਰਾ ਸਭ ਸਿੱਖਣ ਮਿਲੋ, ਮਦਰ ਕਹਿੰਦੇ ਮਿੱਠੀ, ਗਿਰਾ ਕਹਿੰਦੇ ਜਵਾਨ। ਵੇਖੋ ਮਹਾਰਾਜ ਕੀ ਲਾਈਨ ਦੇ ਰਹੇ ਹੈ, ਮਦਰ ਗਿਰਾ ਸਭ ਸਿੱਖਣ ਮਿਲੋ, ਮਦਰ ਗਿਰਾ ਸਭ ਸਿੱਖਣ ਮਿਲੋ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕੋਈ ਮੁਕਾਬਲਾ ਹੋਵੇ, ਜਿੱਤ ਕੇ ਵਿਖਾਓ, ਜੇ ਸਾਹਮਣੇ ਗੁਰਸਿੱਖ ਆ ਗਿਆ ਤੇ ਹਾਰ ਕੇ ਵਿਖਾਓ। ਆਖੋ ਸਤਿਨਾਮ। ਕਿਆ ਵੇਖੋ ਪੜ੍ਹਾਈ ਹੈ, ਇਹਦਾ ਕੀ ਭਾਅ ਲਓਗੇ ਕਿ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਇਕੱਠਿਆਂ ਵੇਖਣਾ ਚਾਹੁੰਦੇ। ਆਖੋ ਸਤਿਨਾਮ। ਇੱਕ ਦੂਜੇ ਨਾਲ ਮਿਲ ਕੇ ਚੱਲਣਾ ਸਿਖਾਉਂਦੇ ਆ। ਫਿਰ ਅਗਲੇ ਬਚਨ, ਸਤ ਸੰਗਤ ਮੈਂ ਨੀਵੇਂ ਚਲੋ, ਸੰਗਤ ਵਿੱਚ ਨੀਵੇਂ ਹੋ ਕੇ ਕਹਿ ਦਿਓ ਗੱਜ ਕੇ ਸਤਿਨਾਮ। ਮਦਰ ਗਿਰਾ, ਮਦਰ ਦਾ ਅਰਥ ਮਿਠਾਸ, ਗਿਰਾ ਦਾ ਅਰਥ ਜਵਾਨ। ਮਦਰ ਗਿਰਾ ਸਭ ਸਿੱਖਣ ਮਿਲੋ, ਸਿੱਖ ਸਿੱਖ ਨੂੰ ਮਿੱਠੀ ਜਵਾਨ ਨਾਲ ਮਿਲੇ। ਹੁਣ ਅੱਜ ਇੰਨੀ ਕੁ ਗੱਲ ਹੀ ਤੁਸੀਂ ਲੈ ਜਾਓ, ਮੈਂ ਘੜੀ ਵੇਖ ਕੇ ਬੈਠਾ, ਇੱਕ ਮਿੰਟ ਹੈਗਾ ਜੇ। ਇੰਨੀ ਕੁ ਗੱਲ ਹੀ ਅੱਜ ਦੇ ਦਿਮਾਗ 'ਚ ਲੈ ਜਾਓ, ਉਹ ਕਿਹੜੀ ਕਿ ਸਿੱਖ ਸਿੱਖ ਨੂੰ ਮਿਠਾਸ ਨਾਲ। ਆਖੋ ਸਤਿਨਾਮ। ਆਹ ਚੀਜ਼ਾਂ ਲੱਭਣੀਆਂ, ਇਹ ਲੋੜ ਹੈ ਪ੍ਰਚਾਰ ਦੀ। ਹੁਣ ਆਪਾਂ ਚਿੱਟੀ ਪੱਗ ਬੰਨਦੇ ਹਾਂ, ਕਈ ਤੁਹਾਡੇ ਚੋਂ ਵੀ ਬੰਨਦੇ ਆ, ਕਈਆਂ ਨੂੰ ਆ ਹੀ ਨਹੀਂ, ਆ ਹੀ ਨਹੀਂ ਬਰਦਾਸ਼ਤ ਹੁੰਦੀ। ਆਖੋ ਸਤਿਨਾਮ। ਮੈਂ ਕਿਸੇ ਨੂੰ ਫਤਿਹ ਬੁਲਾਈ, ਉਹਨੇ ਅੱਗੋਂ ਜਵਾਬ ਨਹੀਂ ਦਿੱਤਾ। ਮੈਂ ਕਿਹਾ ਤੁਸੀਂ ਜਵਾਬ ਨਹੀਂ ਦਿੱਤਾ, ਕਹਿੰਦਾ ਤੁਹਾਨੂੰ ਨਹੀਂ ਪਤਾ। ਮੈਂ ਕਿਹਾ ਚੱਲ ਇਹ ਕਹਿ ਦਿੰਦਾ ਵੀ ਮੈਂ ਸੁਣਿਆ ਨਹੀਂ ਤੇ ਗੱਲ ਹੋਰ ਸੀ। ਮੈਂ ਕਿਹਾ ਇਹ ਕੀ ਮਤਲਬ ਤੁਹਾਨੂੰ ਨਹੀਂ ਪਤਾ? ਕਹਿੰਦਾ ਨਹੀਂ, ਜਿੱਥੋਂ ਮੈਂ ਪੜ੍ਹਾਈ ਕੀਤੀ ਹੈ ਨਾ ਧਾਰਮਿਕ, ਉਹਨਾਂ ਨੇ ਕਿਹਾ ਸੀ ਚਿੱਟੀ ਪੱਗ ਵਾਲੇ ਨੂੰ ਫਤਿਹ ਨਹੀਂ ਬੁਲਾਉਣੀ, ਇਹ ਸੰਤ ਸੇਵੀ ਹੁੰਦੇ ਆ। ਆਖੋ ਸਤਿਨਾਮ। ਆਹ ਹਾਲ ਹੈ
गुरु हरगोबिंद साहब जी दे प्रचार दी अत लोड़ है। महाराज कहिंदे ओ नीली बन्नी चिट्टी बन्नी, महाराज आप चिट्टी बंदे सी गुरु हरगोबिंद साहब। बाबा बिधि चंद दे स्थान ते तस्वीर है, चिट्टी पग, चिट्टा घोड़ा, चिट्टा बाज, चिट्टी कलगी, चिट्टी पजामी, चिट्टा चोला। गज के आखो सतनाम। तो जिन्नियां संगतां बैठियां जे महाराज ने भाई बदली सोडी सेठ गोपाल जी नूं कहा ये भाई तुहाडे च आ कमी है, इन्हां नितनेम के बावजूद तां ही तुहाडे मन नूं बेचैनी है। हर गुरसिख दे मन नीवा करके मिलो। आओ पढ़िए जी, समाप्ति है जी। ऐसा गुर वडभागी पाया, ऐसा गुर वडभागी पाया, मार्ग जिने बताया भूले मार्ग जिने बताया, ऐसा गुर वडभागी पाया, ऐसा गुर वडभागी पाया। इनी हाजरी प्रवान करो वड्डे उपराले महापुरशां दे लाहे लैने, साढ़े भी अरदास करनी निवजे प्यारे दे नाल, जड़ी फतेह बुलाउणी है सीस दे दिओ निवजे साढ़ी भी प्यार नाल। वाहिगुरु जी का खालसा, वाहिगुरु जी की फतेह। सन भाई साहब भाई गुरु इकबाल सिंह जी आओ, जिन्हां दी मिठी रसना दे विचों गुरबाणी कीर्तन सरवण कीता है, सारे वड्डे पागां वाले हाँ, बाबा गुरबख्श सिंह जी सरों पाओ दी बख्शिश करनगे। इन्हां दे नाल ही बाबा जीवा सिंह जी ओह 20 मिंट दे विच हाजरी लवाउणगे। बाबा जी दे हुक्म अनुसार करिए दर्शन प्यार सत्कार दे नाल। बोले सो निहाल, आओ वड्डे पागां वाले हाँ, जिन्हां नूं इत्थे दरबार च हाजरियां भरन दा समां प्राप्त होया है। अमर छकन वालियां संगतां आवाज सुनो, इत्थे पहुँच के नाल लिखाओ ਤਾਂ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਾਂ ਨੇ ਜੀਵਨ ਸਫਲਾ ਕਰਨਾ ਹੈ। ਆਓ ਗੁਰਮੁਖ ਪਿਆਰੋ ਫਿਰ ਧਿਆਨ ਨਾਲ ਸਰਵਣ ਕਰੋ, ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੇ ਨਾਂ ਲਿਖਾਉਣੇ ਹਨ, ਤਾਂ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਾਂ ਨੇ ਜੀਵਨ ਸਫਲਾ ਕਰਨਾ ਹੈ। ਆਓ ਵੱਡੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇੱਥੇ ਦਰਬਾਰ 'ਚ ਬੈਠ ਕੇ ਹਾਜ਼ਰੀਆਂ ਭਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਆਓ ਬਾਬਾ ਜੀ ਦੇ ਪਿਆਰ ਦੇ ਵਿੱਚ ਬਾਬਾ ਜੀਵਾ ਸਿੰਘ ਜੀ 20 ਮਿੰਟ ਦੇ ਵਿੱਚ ਹਾਜ਼ਰੀ ਲਵਾ ਕੇ ਖੁਸ਼ੀਆਂ ਪ੍ਰਾਪਤ ਕਰਨਗੇ। ਬਾਬਾ ਗੁਰਬਖਸ਼ ਸਿੰਘ ਜੀ ਦਰਬਾਰ ਵਿੱਚ ਪਹੁੰਚ ਗਏ ਹਨ ਔਰ ਮਾਲਕ ਬਾਬਾ ਜੀ ਪਹੁੰਚਣ ਵਾਲੇ ਹਨ। ਆਓ ਸਾਰੀਆਂ ਸਿੱਖ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਹਾਜ਼ਰੀਆਂ ਲਵਾ ਕੇ ਲਾਹਾ ਪ੍ਰਾਪਤ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ।